प्यारे विद्यार्थियों ते अध्यापक साथियों, इस वीडियो नूं वध तो वध लाइक अते शेयर करो और ज्योमैट्रिकल ड्रैंग वीडियो लई मेरे चैनल नूं सबसक्राइब करके बैल आइकन दबाओ। मकैनिकल ड्रैंग ਅਤੇ ਚਿੱਤਰਕਲਾ ਦਸਵੀਂ ਸ਼੍ਰੇਣੀ ਲਈ ਪ੍ਰਸ਼ਨ ਨੰਬਰ 49। ਇੱਕ ਵਰਗ ਏ ਬੀ ਸੀ ਡੀ ਦੇ ਬਾਹਰ ਇੱਕ ਤਿਕੋਣ ਬਣਾਓ ਜੋ ਦਿੱਤੀ ਹੋਈ ਤਿਕੋਣ ਐਕਸ ਵਾਈ ਜੈੱਡ ਦੇ ਸਮਰੂਪੀ ਹੋਵੇ। ਦਿੱਤਾ ਹੋਇਆ ਵਰਗ ਏ ਬੀ ਸੀ ਡੀ ਲਓ ਅਤੇ ਦਿੱਤੀ ਹੋਈ ਤਿਕੋਣ ਐਕਸ ਵਾਈ ਜੈੱਡ ਲਓ। ਵਰਗ ਦੀ ਭੁਜਾ ਏ ਬੀ ਨੂੰ ਦੋਨੇ ਪਾਸੇ ਵਧਾਓ ਵਰਗ ਦੀ ਭੁਜਾ ਏ ਬੀ ਨੂੰ ਦੋਨੇ ਪਾਸੇ ਵਧਾਓ ਦਿੱਤੀ ਹੋਈ ਤਿਕੋਣ ਐਕਸ ਵਾਈ ਜੈੱਡ ਦੇ ਸਮਰੂਪੀ ਤਿਕੋਣ ਆਧਾਰ ਡੀ ਸੀ ਤੇ ਬਣਾਓ। ਵਰਗ ਦੀ ਭੁਜਾ ਡੀ ਸੀ ਤੇ ਐਕਸ ਵਾਈ ਜੈੱਡ ਦੇ ਸਮਰੂਪੀ ਤਿਕੋਣ ਬਣਾਓ। ਡੀ ਸੀ ਨੂੰ ਆਧਾਰ ਮੰਨੋ। ਚਾਪ ਲਾਓ ਵਾਈ ਕੋਣ ਤੇ 19 ਚਾਪ ਸੀ ਬਿੰਦੂ ਤੇ ਲਾਓ। ਕੋਣ ਵਾਈ ਨੂੰ ਮਾਪੋ। ਨੂੰ ਅੱਗੇ ਵਧਾਓ ਐਕਸ ਬਿੰਦੂ ਤੇ ਚਾਪ ਲਾਓ। ਡੀ ਨੂੰ ਕੇਂਦਰ ਮੰਨ ਕੇ 19 ਚਾਪ ਲਾਓ। ਐਕਸ ਬਿੰਦੂ ਤੇ ਚਾਪ ਲਾਓ, 19 ਚਾਪ ਡੀ ਬਿੰਦੂ ਤੇ ਲਾਓ। ਕੋਣ ਐਕਸ ਦੀ ਪੈਮਾਇਸ਼ ਕਰੋ। ਕੱਟੋ। ਬਿੰਦੂ ਨੂੰ ਡੀ ਨਾਲ ਮਿਲਾ ਕੇ ਵਧਾਓ। ਰੇਖਾਖੰਡ ਨੂੰ ਪੱਕਾ ਕਰੋ। ਸੀ ਨੂੰ ਲਾਈ ਗਈ ਚਾਪ ਨਾਲ ਮਿਲਾ ਕੇ ਵਧਾਓ ਜੋ ਏ ਬੀ ਨੂੰ ਐਫ ਤੇ ਕੱਟੇ। ਕੋਣ ਡੀ ਨੂੰ ਡੀ ਬਿੰਦੂ ਨੂੰ ਚਾਪ ਤੇ ਕੱਟੇ ਗਏ ਪੁਆਇੰਟ ਨਾਲ ਮਿਲਾ ਕੇ ਵਧਾਓ। ਵਧਾਏ ਹੋਏ ਏ ਬੀ ਨੂੰ ਈ ਤੇ ਕੱਟੇ। ਦੋਨੇ ਰੇਖਾਖੰਡ ਆਪਸ ਵਿੱਚ ਜੀ ਬਿੰਦੂ ਤੇ ਕੱਟਣ। ਇਸ ਤਰ੍ਹਾਂ ਅਸੀਂ ਦਿੱਤੇ ਹੋਏ ਵਰਗ ਏ ਬੀ ਸੀ ਡੀ ਦੇ ਬਾਹਰ ਦਿੱਤੀ ਹੋਈ ਤਿਕੋਣ ਐਕਸ ਵਾਈ ਜੈੱਡ ਦੇ ਸਮਰੂਪੀ ਤਿਕੋਣ ਈ ਐਫ ਜੀ ਬਣਾ ਸਕਦੇ ਹਾਂ ਜੋ ਕਿ ਦਿੱਤੀ ਹੋਈ ਤਿਕੋਣ ਦੇ ਸਮਰੂਪੀ ਹੈ। ਇੱਕ ਵਾਰੀ ਦੁਬਾਰੇ ਵੇਖੋ
ਦਿੱਤਾ ਹੋਇਆ ਵਰਗ ਏ ਬੀ ਸੀ ਡੀ ਲਓ। ਵਰਗ ਦੇ ਆਧਾਰ ਏ ਬੀ ਨੂੰ ਦੋਨੇ ਪਾਸੇ ਵਧਾਓ। ਵਰਗ ਦੀ ਭੁਜਾ ਡੀ ਸੀ ਨੂੰ ਆਧਾਰ ਮੰਨ ਕੇ ਐਕਸ ਵਾਈ ਜੈੱਡ ਦੇ ਸਮਰੂਪੀ ਤਿਕੋਣ ਬਣਾਓ। ਵਾਈ ਕੋਣ ਦੇ ਬਰਾਬਰ ਕੋਣ ਸੀ ਤੇ ਬਣਾਓ। ਐਕਸ ਕੋਣ ਦੇ ਬਰਾਬਰ ਕੋਣ ਡੀ ਤੇ ਬਣਾਓ। ਦੋਨੇ ਚਾਪਾਂ ਨੂੰ ਡੀ ਨੂੰ ਚਾਪ ਨਾਲ ਮਿਲਾ ਕੇ ਅੱਗੇ ਵਧਾਓ। ਇਸੇ ਤਰ੍ਹਾਂ ਹੀ ਸੀ ਨੂੰ ਚਾਪ ਨਾਲ ਮਿਲਾ ਕੇ ਅੱਗੇ ਵਧਾਓ, ਜੋ ਆਪਸ ਵਿੱਚ ਜੀ ਅਤੇ ਵਧਾਏ ਹੋਏ ਆਧਾਰ ਨੂੰ ਈ ਐਫ ਤੇ ਕੱਟਦੇ ਹਨ। ਈ ਐਫ ਜੀ ਲੋੜੀ ਦੀ ਸਮਰੂਪੀ ਤਿਕੋਣ ਹੈ। ਇਸ ਤਰ੍ਹਾਂ ਅਸੀਂ ਦਿੱਤੇ ਹੋਏ ਵਰਗ ਦੇ ਬਾਹਰ ਦਿੱਤੀ ਹੋਈ ਤਿਕੋਣ ਐਕਸ ਵਾਈ ਜੈੱਡ ਦੇ ਸਮਰੂਪੀ ਤਿਕੋਣ ਬਣਾ ਸਕਦੇ ਹਾਂ। ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਹੋਰ ਜਿਓਮੈਟਰੀਕਲ ਡਰਾਇੰਗ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾਓ।